ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ। ਅਤੇ ਲਓ ਜੀ ਮੈਂ ਆਪਣਾ ਬਲੌਗ ਸ਼ੁਰੂ ਕੀਤਾ ਸਵੇਰ ਤੋਂ, ਅਤੇ ਆ ਜੀ ਆਪਾਂ ਗੋਭੀ ਕੱਟਾਂਗੇ ਦੁਪਹਿਰ ਵਾਸਤੇ, ਅਤੇ ਨਾਲ ਬਣਾਈ ਹੈ ਚਾਹ। ਅਤੇ ਚਲੋ ਜੀ ਫਿਰ ਆਪਾਂ ਨਾਲ ਨਾਲ ਕੱਟਦੇ ਹਾਂ ਗੋਭੀ, ਅਤੇ ਨਾਲ ਨਾਲ ਪੀਵਾਂਗੇ ਚਾਹ। ਅਤੇ ਅੱਜ ਹੈਗਾ ਜੀ ਵੀਰਵਾਰ ਦਾ ਦਿਨ, 14 ਤਰੀਕ ਹੈ। ਅਤੇ ਇੱਧਰ ਜੀ ਘੜੀ ਖਰਾਬ ਹੋਈ ਪਈ ਹੈ, ਇਹ ਠੀਕ ਕਰਾਉਣੀ ਹੈ। ਇਹਦੀ ਆਹ ਦੇਖੋ ਜੀ 8:30 ਵੱਜ ਰਹੇ ਨੇ, ਵੈਸੇ ਟਾਈਮ ਜ਼ਿਆਦਾ ਹੋ ਰਿਹਾ, ਘੜੀ ਤਾਂ ਬੰਦ ਪਈ ਹੈ ਤਾਂ ਇੰਨਾ ਟਾਈਮ ਹੈ। ਅਤੇ ਲਓ ਜੀ ਗੋਭੀ ਕੱਟਣ 'ਚ ਤਾਂ ਸਾਫ਼ ਲੱਗਦੀ ਪਈ ਸੀ ਵੈਸੇ, ਪਰ ਇਹਦੇ ਵਿੱਚ ਬਰੀਕ ਬਰੀਕ ਸੁੰਡੀਆਂ ਸੀਗੀਆਂ, ਬਹੁਤ ਨਿੱਕੀ ਨਿੱਕੀਆਂ ਜਿਹੀਆਂ, ਗ੍ਰੀਨ ਗ੍ਰੀਨ ਕਲਰ ਦੀਆਂ, ਜ਼ਿਆਦਾ ਨਹੀਂ ਸੀ, ਹੈ ਤਾਂ ਮਾੜੀ ਮੋਟੀ ਸੀਗੀਆਂ ਪਰ ਹੈਗੀਆਂ ਸੀਗੀਆਂ, ਉੱਦਾਂ ਸਾਫ਼ ਸੁਥਰੀ ਲੱਗਦੀ ਪਈ ਸੀਗੀ। ਹੁਣ ਤੁਹਾਨੂੰ ਮੈਂ ਦਿਖਾਊਂਗੀ ਸੁੰਡੀ ਵੀ। ਅਤੇ ਮੈਂ ਕਾਫ਼ੀ ਚੰਗੀ ਤਰ੍ਹਾਂ ਚੈੱਕ ਕਰਦੀ ਵੀ ਸੀ, ਆਹ ਦੇਖੋ ਜੀ ਹੈ ਬਹੁਤ ਛੋਟੀ ਜਿਹੀ ਹੈ ਸੁੰਡੀ, ਇਹ ਜ਼ੂਮ ਕਰਕੇ ਦਿਖਾ ਰਹੇ ਹਾਂ ਤੁਹਾਨੂੰ, ਬਿਲਕੁਲ ਬਰੀਕ ਜਿਹੀ ਹੈ ਗ੍ਰੀਨ ਕਲਰ ਦੀ। ਅਤੇ ਇੱਦਾਂ ਦੀਆਂ 4-5 ਨਿਕਲੀਆਂ ਸੀਗੀਆਂ, ਉਹ ਫਿਰ ਮੈਂ ਬਹੁਤ ਚੰਗੇ ਤਰੀਕੇ ਨਾਲ ਚੈੱਕ ਕੀਤੇ ਨੇ ਗੋਭੀ ਦਾ ਨਿੱਕਾ ਨਿੱਕਾ ਫੁੱਲ ਕਰਕੇ ਨਾ। ਅਤੇ ਫਿਰ ਮੈਨੂੰ ਜੀ ਗਰਮ ਪਾਣੀ ਦੇ ਵਿੱਚ ਉਬਾਲਾਂਗੀ ਇੱਕ ਵਾਰੀ ਧੋਣ ਤੋਂ ਪਹਿਲਾਂ, ਕਿਉਂਕਿ ਅੱਜ ਕੱਲ੍ਹ ਦੇ ਮੌਸਮ ਦੇ ਵਿੱਚ ਨਾ ਇੱਦਾਂ ਦੇ ਸੁੰਡੀਆਂ ਪੈ ਜਾਂਦੀਆਂ ਨੇ ਗੋਭੀ ਦੇ ਵਿੱਚ। ਅਤੇ ਨਾਲ ਜੀ ਮੈਂ ਕੱਟ ਲਏ ਨੇ ਆਲੂ ਵੀ, ਅਤੇ ਅੰਦਰ ਪਿਆਜ਼ ਵਗੈਰਾ ਵੀ ਛਿੱਲ ਕੇ ਰੱਖੇ ਹੋਏ ਨੇ। ਅਤੇ ਅੰਦਰ ਜੀ ਲਾਈਟ ਬੰਦ ਹੋਈ ਪਈ, ਜਿਸ ਟਾਈਮ ਮੈਂ ਆਵਾਜ਼ ਭਰਦੀ ਪਈ ਹਾਂ। ਅਤੇ ਸਵੇਰੇ ਵੀ ਲਾਈਟ ਬੰਦ ਸੀਗੀ, ਹੁਣ ਆਈ ਹੈ ਦੇਖੋ, ਜਦੋਂ ਮੈਂ ਸਬਜ਼ੀ ਕੱਟ ਚੁੱਕੀ ਹਾਂ। ਅਤੇ ਸਬਜ਼ੀ ਨੂੰ ਹੁਣ ਆਪਾਂ ਢੱਕ ਦਿੰਦੇ ਹਾਂ, ਅਤੇ ਥੋੜ੍ਹੇ ਬਹੁਤੇ ਹੋਰ ਕੰਮ ਕਰਾਂਗੇ। ਲਓ ਜੀ ਇੱਧਰ ਆ ਗਿਆ ਕਬਾੜੀਆ, ਅਤੇ 5-6 ਮਹੀਨੇ ਦੀ ਆਪਾਂ ਅਖਬਾਰ ਇਕੱਠੀ ਕੀਤੀ ਹੋਈ ਸੀਗੀ, ਅਤੇ ਸਹੀ ਰੇਟ ਨਹੀਂ ਮਿਲਦਾ ਵੈਸੇ ਇਹਨੂੰ, ਫਿਰ ਸਹੀ ਰੇਟ ਲਾ ਰਿਹਾ 15 ਰੁਪਏ ਦੇ ਹਿਸਾਬ ਨਾਲ, ਬਾਕੀ ਸਾਰੇ 12-12 ਕਹਿੰਦੇ ਸੀਗੇ। ਅਤੇ ਹੁਣ ਪਹਿਲਾਂ ਆਪਾਂ ਕਬਾੜ ਵੇਚ ਦਿੰਦੇ ਹਾਂ, ਨਾਲੇ ਖਲੇਰਾ ਆਪਣਾ ਨਿਬੜ ਜੂਗਾ। ਇੱਧਰ ਉੱਧਰ ਬੋਰੀਆਂ ਭਰ ਕੇ ਰੱਖੀਆਂ ਹੋਈਆਂ ਸੀ 3-4 ਬੋਰੀਆਂ, ਜਗ੍ਹਾ ਵਿਹਲੀ ਹੋ ਜੂਗੀ ਨਾਲੇ। ਫਿਰ ਇੱਕ ਵਾਰੀ ਸਫਾਈ ਵੀ ਹੋ ਜੂਗੀ ਚੰਗੀ ਤਰ੍ਹਾਂ। ਲਓ ਜੀ ਆਪਾਂ ਕਬਾੜ ਵੇਚ ਕੇ ਥੋੜ੍ਹੇ ਜਿਹੇ ਪੈਸੇ ਕਮਾ ਲਏ ਨੇ, ਅਤੇ ਹੁਣ ਆਪਾਂ ਕਰਦੇ ਹਾਂ ਸਫਾਈ। ਆਹ ਦੇਖੋ ਜੀ 10:30 ਵੱਜ ਗਏ ਨੇ ਸਵੇਰ ਦੇ, ਅਤੇ ਪੌੜੀਆਂ ਦੇ ਨੀਚੇ ਵੀ ਨਾ ਕਾਫ਼ੀ ਜ਼ਿਆਦਾ ਗੰਦ ਪਿਆ ਹੋਇਆ। ਆਹ ਦੇਖੋ ਜੀ ਪੌੜੀਆਂ ਦੇ ਨੀਚੋਂ ਦੀ ਕਿੰਨਾ ਗੰਦ ਨਿਕਲਿਆ, ਕਿੰਨੀ ਮਿੱਟੀ ਵਗੈਰਾ ਨਿਕਲੀ ਆ, ਪੇਂਟ ਪੁੰਟ ਵੀ ਉਤਰਦਾ ਰਹਿੰਦਾ, ਜਾਲੇ ਵਗੈਰਾ ਵੀ ਬਹੁਤ ਲੱਗੇ ਹੋਏ ਸੀਗੇ। ਉੱਥੋਂ ਮੈਂ ਸਾਰਾ ਚੰਗੀ ਤਰ੍ਹਾਂ ਝਾੜੋ ਨਾ ਕੂੜਾ ਕੱਢ ਲਿਆ ਬਾਹਰ ਨੂੰ, ਅਤੇ ਪੌੜੀਆਂ ਪੂੜੀਆਂ ਵਾਲੀ ਸਾਈਡ ਤੋਂ ਵੀ ਸਾਰਾ ਝਾੜੋ ਲਾ ਕੇ ਗੰਦ ਕੱਢਾਂਗੇ। ਅਤੇ ਲਓ ਜੀ ਇੱਧਰ ਆਪਣੇ ਆ ਗਏ ਨੇ ਚੌਲ, 5 ਕਿਲੋ ਦਾ ਥੈਲਾ। ਅਤੇ ਹੁਣ ਜੀ ਝਾੜੂ ਵਗੈਰਾ ਸਾਰਾ ਕੱਢ ਕੇ ਮੈਂ ਮਿੱਟੀ ਬਾਹਰ ਨੂੰ ਕੱਢ ਦਿੱਤੀ ਹੈ ਗਿੱਟ ਦੇ ਬਾਹਰ, ਅਤੇ ਹੁਣ ਇੱਥੋਂ ਆਪਾਂ ਨਾ ਪੈਪ ਲਾ ਕੇ ਸਾਰਾ ਧੋ ਦਾਂਗੇ। ਧੋਣ ਨਾਲ ਹੀ ਚੰਗੀ ਤਰ੍ਹਾਂ ਸਫਾਈ ਹੋ ਜਾਂਦੀ ਹੈ, ਮਿੱਟੀ ਮੁੱਟੀ ਸਾਰੀ ਨਿਕਲ ਜਾਣੀ ਹੈ।
लो जी सफाई वगैरह हो गई सीगी, ते इधर मैं सब्जी नूं भी तड़का ला दिता। पहलां गर्म पानी दे विच उबाल ली सी गोभी चंगी तरह, फिर धो ली सीगी। ते लो जी इधर हुण सारी सफाई वगैरह हो चुकी है, तुहानूं दिखाने आ। आ देखो पौड़ियां दे नीचों भी काफ़ी गंद सी साफ हो गया, हुण वधिया लगदा पिआ। ते बस हुण आपां बनावांगे दुपहर दे फुलके। ਅਤੇ ਹੁਣ ਜੀ ਆਪਾਂ ਬਣਾਵਾਂਗੇ ਦੁਪਹਿਰ ਦੀ ਰੋਟੀ। ਆਟਾ ਵੀ ਗੁੰਨ ਕੇ ਰੱਖਤਾ ਸੀਗਾ ਅਤੇ ਰਾਇਤਾ ਆਪਣੇ ਕੋਲ ਕੱਲ੍ਹ ਦਾ ਪਿਆ ਹੋਇਆ ਸੀਗਾ। ਅਤੇ ਹੁਣ ਆਪਾਂ ਜੀ ਇੱਧਰ ਸਬਜ਼ੀ ਵੀ ਗਰਮ ਰੱਖਦੇ ਹਾਂ। ਸਬਜ਼ੀ ਬਣ ਚੁੱਕੀ ਸੀਗੀ ਅਤੇ ਲਓ ਜੀ ਰੋਟੀ ਵਗੈਰਾ ਬਣਾਉਣ ਤੋਂ ਬਾਅਦ ਅਤੇ ਸਾਰਿਆਂ ਨੇ ਖਾ ਲਈ ਸੀਗੀ। ਬਸ ਮੈਂ ਆਪਣੀ ਪਾ ਕੇ ਲਿਆਂਦੀ ਹੈ, ਮੈਂ ਵੀ ਹੁਣ ਆਪਣਾ ਫਟਾਫਟ ਖਾ ਲਾਂਗੀ। ਅਤੇ ਉਸ ਤੋਂ ਬਾਅਦ ਜੀ ਆ ਹੈਗਾ ਆਪਣਾ ਦੁਪਹਿਰ ਦਾ 3 ਕੁ ਵਜੇ ਦਾ ਟਾਈਮ ਹੈ। ਅਤੇ ਆ ਦੇਖੋ ਜੀ ਕਿੰਨੀ ਤੇਜ਼ ਤੇਜ਼ ਨਾ ਹਵਾ ਚੱਲਣ ਲੱਗ ਗਈ। ਪਹਿਲਾਂ ਬੱਦਲ ਬੁੱਦਲ ਜਿਹੇ ਹੋਏ ਪਏ ਸੀ, ਬੱਦਲ ਕਾਫੀ ਜ਼ਿਆਦਾ ਨਾ ਗਰਜਦੇ ਪਏ ਸੀਗੇ, ਬੜੇ ਤੇਜ਼ ਤੇਜ਼ ਆਵਾਜ਼ ਆ ਰਹੀ ਸੀ ਬੱਦਲਾਂ ਦੀ ਗਰਜਣ ਦੀ। ਆ ਦੇਖੋ ਕੋਠੇ ਤੋਂ ਵੀ ਨਾ ਸਮਾਨ ਉੱਡ ਉੱਡ ਕੇ, ਆ ਜਿਹੜਾ ਡੱਬਾ ਜਿਹਾ ਸੀਗਾ ਪਲਾਸਟਿਕ ਦਾ ਮੈਂ ਕਟਿੰਗ ਕਰਕੇ ਰੱਖਿਆ ਸੀ, ਮੈਂ ਘਰ ਵਿੱਚ ਕੋਈ ਬੂਟਾ ਲਾਵਾਂਗੀ, ਕੋਠੇ 'ਤੇ ਰੱਖ ਦਿੱਤਾ ਸੀਗਾ। ਅਤੇ ਇੰਨੀ ਤੇਜ਼ ਹਵਾ ਸੀ, ਪੌੜੀਆਂ ਵੱਲੋਂ ਸਾਰਾ ਸਮਾਨ ਨਾ ਹਲਕਾ ਫੁਲਕਾ ਜਿਹੜਾ ਸੀ ਨੀਚੇ ਆ ਰਿਹਾ ਸੀ ਉੱਡ ਉੱਡ ਕੇ। ਬੋਤਲਾਂ ਬੁਤਲਾਂ ਹੋ ਗਈਆਂ ਜਿੱਦਾਂ ਪਲਾਸਟਿਕ ਦਾ, ਇੰਨੀ ਤੇਜ਼ ਹਵਾ ਸੀਗੀ ਇੱਕੋ ਦਮ। ਪਹਿਲਾਂ ਕਾਫੀ ਹਵਾ ਵਗੈਰਾ ਚੱਲਦੀ ਰਹੀ ਹਨੇਰੀ ਵਾਂਗੂ, ਅਤੇ ਮੀਂਹ ਵੀ ਫਿਰ ਆਇਆ ਸੀ। ਹਾਲੇ ਤਾਂ ਮੀਂਹ ਨਹੀਂ ਪੈ ਰਿਹਾ, ਹਾਲੇ ਤਾਂ ਖਾਲੀ ਹਵਾ ਹੀ ਚੱਲਦੀ ਪਈ ਹੈ। ਅਤੇ ਮੈਂ ਸਮਾਨ ਸਮੂਨ, ਆਹ ਦੇਖੋ ਬੂਟੇ ਮੇਰੇ ਜਦੋਂ ਵੀ ਹਵਾ ਚੱਲਦੀ ਹੈ ਨਾ ਸਾਰੇ ਟਹਿਣੀਆਂ ਸਾਰੀਆਂ ਡਿੱਗ ਜਾਂਦੀਆਂ ਨੇ, ਬਿਲਕੁਲ ਵੀ ਹਵਾ ਨਹੀਂ ਚੱਲ ਪਾਉਂਦੀਆਂ ਇਹ। ਅਤੇ ਹੁਣ ਜੀ ਹਲਕਾ ਹਲਕਾ ਨਾ ਮੀਂਹ ਸ਼ੁਰੂ ਹੋ ਗਿਆ, ਹਵਾ ਘੱਟ ਗਈ ਹੈ ਅਤੇ ਹੁਣ ਹਲਕਾ ਹਲਕਾ ਮੀਂਹ ਸ਼ੁਰੂ ਹੋਇਆ। ਅਤੇ 10 ਕੁ ਮਿੰਟਾਂ ਬਾਅਦ ਹੀ ਫਿਰ ਕਾਫੀ ਤੇਜ਼ ਤੇਜ਼ ਪੈਣ ਲੱਗ ਗਿਆ ਸੀਗਾ, ਮਤਲਬ ਫਿਰ ਖੁੱਲ੍ਹ ਕੇ ਮੀਂਹ ਪਿਆ ਸੀਗਾ। ਆਹ ਦੇਖੋ ਜੀ ਮਿਰਚਾਂ ਦਾ ਬੂਟਾ ਅੱਗੇ ਵੀ ਨਾ ਹਨੇਰੀਆਂ ਨਾਲ ਹੀ ਖਰਾਬ ਹੋ ਗਿਆ ਸੀਗਾ, ਸਾਰਾ ਮੁਰਝਾ ਗਿਆ ਸੀਗਾ। ਅਤੇ ਮੈਨੂੰ ਹੁਣ ਵੀ ਡਰ ਸੀਗਾ, ਮੈਂ ਕਿਹਾ ਅੱਜ ਵੀ ਕਾਫੀ ਹਵਾ ਚੱਲਦੀ ਪਈ ਹੈ, ਪਤਾ ਨਹੀਂ ਹੁਣ ਕੀ ਬਣਦਾ ਇਹਦਾ ਬੂਟੇ ਦਾ। ਵਿੱਚ ਵਿੱਚ ਹਵਾ ਥੋੜ੍ਹੀ ਘੱਟ ਜਾਂਦੀ ਹੈ, ਵਿੱਚ ਵਿੱਚ ਫਿਰ ਤੇਜ਼ ਹੋ ਜਾਂਦੀ ਆ। ਵੇਖੋ ਕਿੱਦਾਂ ਦਰੱਖਤ ਹਿਲਦੇ ਪਏ ਨੇ, ਪੱਤੇ ਵਗੈਰਾ ਟਹਿਣੀਆਂ ਡਿੱਗਣ ਨੂੰ ਕਰਦੀਆਂ ਪਈਆਂ ਨੇ। ਲਓ ਜੀ ਹੁਣ ਆਪਾਂ ਆ ਗਏ ਸੀ ਥੱਲੇ, ਅਤੇ ਆ ਦੇਖੋ ਜੀ ਥੜੀ ਕੋਲੋਂ ਗਿੱਲਾ ਗਿੱਲਾ ਹੋਇਆ ਪਿਆ, ਮੈਂ ਹਾਲੇ ਹਲਕਾ ਹਲਕਾ ਮੀਂਹ ਪੈ ਰਿਹਾ, ਜ਼ਿਆਦਾ ਤੇਜ਼ ਨਹੀਂ, 3:15 ਵੱਜ ਗਏ ਨੇ। ਅਤੇ ਇੱਦਾਂ ਲੱਗਦਾ ਭਾਅ ਜੀ ਮੈਂ
ਸ਼ਾਮ ਦੇ 5-6 ਵੱਜ ਗਏ ਹੁੰਦੇ ਨੇ, ਇੱਦਾਂ ਬੱਦਲ ਬੁੱਦਲ ਹੋ ਗਏ ਸੀ ਕਾਲੇ ਕਾਲੇ, ਅਤੇ ਹੁਣ ਦੇਖੋ ਜੀ ਹੁਣ ਹੋਇਆ ਅਸਲੀ ਮੀਂਹ ਸ਼ੁਰੂ ਪੂਰਾ ਤੇਜ਼। ਆ ਦੇਖੋ ਨਾਲ ਹਵਾ ਵੀ ਪੂਰੀ ਤੇਜ਼ ਹੈ। ਆ ਦੇਖੋ ਆ ਜਿਹੜਾ ਦਰਖਤ ਹੈ ਨਾ, ਅੱਧਾ ਬਾਹਰ ਨੂੰ ਸਾਰੀ ਟਹਿਣੀ ਡਿੱਗ ਪਈ ਹੈ, ਇੰਨੀ ਤੇਜ਼ ਹਵਾ ਸੀਗੀ। ਪਹਿਲਾਂ ਤਾਂ ਵੀ ਡਿੱਗੀ ਹੋਈ ਸੀ ਥੋੜ੍ਹੀ ਜਿਹੀ ਟਹਿਣੀ ਜੀ, ਵੈਸੇ ਕੰਧ ਵੀ ਕੱਚੀ ਹੈਗੀ ਹੈ, ਇੱਦਾਂ ਹੀ ਪਲਾਟ ਜਿਹਾ ਖਾਲੀ ਪਿਆ ਹੋਇਆ ਇਹ। ਅਤੇ ਹੁਣ ਦੇਖੋ ਜੀ ਹੁਣ ਚੰਗਾ ਅੱਧਾ ਪੌਣਾ ਘੰਟਾ ਮੀਂਹ ਰੱਜ ਕੇ ਪਿਆ ਸੀਗਾ ਤੇਜ਼ ਤੇਜ਼। ਇਹ ਫਿਰ ਤੁਹਾਨੂੰ ਮੈਂ ਅੰਦਰੋਂ ਲੋਬੀ 'ਚੋਂ ਹੀ ਦਿਖਾ ਰਹੀ ਹਾਂ ਗੇਟ ਖੋਲ੍ਹ ਕੇ। ਆ ਦੇਖੋ ਅੰਦਰ ਤੱਕ ਮੀਂਹ ਪੈ ਰਿਹਾ, ਬਾਛੜ ਵਾਲਾ ਮੀਂਹ ਸੀ, ਪੌੜੀਆਂ ਵੱਲੋਂ ਵੀ ਥੋੜ੍ਹਾ ਥੋੜ੍ਹਾ ਮੀਂਹ ਆ ਰਿਹਾ ਅੰਦਰ। ਵੈਸੇ ਤਾਂ ਪੌਂਟੀ ਹੈਗੀ ਹੈ ਪੌੜੀਆਂ ਦੇ ਵਿੱਚ, ਪਰ ਫਿਰ ਵੀ ਬਾਛੜ ਵਾਲਾ ਸੀ ਨਾ, ਪੌੜੀਆਂ ਵੱਲੋਂ ਵੀ ਚੋਣ ਲੱਗ ਗਿਆ ਮੀਂਹ ਦਾ ਪਾਣੀ ਕੋਠੇ ਵੱਲੋਂ ਆ ਕੇ। ਅਤੇ ਹੁਣ ਜੀ ਹੈਗਾ ਆਪਣਾ ਸ਼ਾਮ ਦਾ ਟਾਈਮ, 7:30 ਵੱਜ ਗਏ ਨੇ। ਅਤੇ ਇੱਧਰ ਜੀ ਕਿਚਨ ਦੇ ਵਿੱਚ ਮੈਂ, ਕਾਫੀ ਠੰਡਾ ਮੌਸਮ ਹੋਇਆ ਪਿਆ, ਮਤਲਬ ਸ਼ਾਮ ਦੇ ਟਾਈਮ ਠੰਡਾ, ਐਂ ਨਹੀਂ ਕਹਿ ਸਕਦਾ ਕਿ ਆਪਾਂ ਠੰਡ ਹੋਈ ਪਈ ਹੈ, ਬਹੁਤ ਜ਼ਿਆਦਾ ਠੰਡ ਨਹੀਂ ਹੋਈ ਪਈ, ਮਤਲਬ ਥੋੜ੍ਹੀ ਗਰਮੀ ਤੋਂ ਰਾਹਤ ਮਿਲੀ ਹੋਈ ਹੈ, ਇੰਨਾ ਫਰਕ ਪਿਆ ਮੀਂਹ ਨਾ, ਥੋੜ੍ਹਾ ਗਰਮੀ ਵੱਲੋਂ ਸਾਹ ਆ ਰਿਹਾ। ਅਤੇ ਲਓ ਜੀ ਇੱਧਰ ਮੈਂ ਨਾ ਚੌਲ ਲਿਆ ਕੇ ਰੱਖੇ ਹੋਏ ਸੀਗੇ, 5 ਕਿਲੋ ਦਾ ਹੀ ਥੈਲਾ, ਅਤੇ ਉਹਨੂੰ ਮੈਂ ਖੋਲ੍ਹ ਕੇ ਨਾ ਅੱਧੇ ਡੱਬੇ ਦੇ ਵਿੱਚ ਪਾ ਕੇ ਰੱਖ ਲਵਾਂਗੀ, ਅਤੇ ਅੱਧੇ ਫਿਰ ਆਪਾਂ ਨੇ ਇੱਦਾਂ ਹੀ ਬੰਦ ਕਰਕੇ ਰੱਖ ਦਾਂਗੇ ਥੈਲੇ ਨੂੰ, ਜਿਵੇਂ ਜਿਵੇਂ ਡੱਬੇ ਆਪਣੇ ਖਾਲੀ ਹੋਇਆ ਕਰਨਗੇ ਉੱਦਾਂ ਉੱਦਾਂ ਪਾ ਲਿਆ ਕਰਾਂਗੇ, ਜਿੰਨਾ ਚਿਰ ਚੱਲਣਗੇ ਚੱਲਣਗੇ, ਬਾਕੀ ਫਿਰ ਹੋਰ ਲਿਆਵਾਂਗੇ ਨਾਲ ਦੀ ਨਾਲ। ਉੱਧਰ ਜੀ ਮੈਂ ਕਾਲੇ ਛੋਲੇ ਭਿਉਂ ਕੇ ਰੱਖੇ ਨੇ, ਸਵੇਰੇ ਕੱਲ੍ਹ ਦੁਪਹਿਰ ਨੂੰ ਬਣਾਵਾਂਗੇ ਆਪਾਂ, ਅਤੇ ਮੈਂ ਹੁਣ ਭਿਉਂ ਕੇ ਰੱਖ ਦਿੱਤੇ ਨੇ। ਅਤੇ ਲਸਣ ਮੇਰਾ ਖਤਮ ਹੋ ਗਿਆ ਸੀ ਛਿੱਲਿਆ ਹੋਇਆ, ਅਤੇ ਲਸਣ ਹਮੇਸ਼ਾ ਮੈਂ ਛਿੱਲ ਕੇ ਰੱਖਦੀ ਹਾਂ, ਅਤੇ ਕਾਫੀ ਦਿਨਾਂ ਦਾ ਛਿੱਲਿਆ ਹੋਇਆ ਸੀ ਹੁਣ ਖਤਮ ਸੀਗਾ। ਸਵੇਰੇ ਮੈਂ ਕਿਹਾ ਸਬਜ਼ੀ ਵਾਸਤੇ ਫਿਰ ਹੁਣ ਵੇਲੀ ਸੀ ਮੈਂ, ਅਤੇ ਸ਼ਾਮ ਦੀ ਚਾਹ ਪੀ ਰਹੀ ਸੀ ਨਾਲ ਨਾਲ, ਮੈਂ ਕਿਹਾ ਲਸਣ ਵੀ ਛਿੱਲ ਕੇ ਰੱਖ ਲੈਂਦੀ ਹਾਂ ਜਿਹੜੀ ਕੱਲ੍ਹ ਦੁਪਹਿਰੇ ਆਪਾਂ ਸਬਜ਼ੀ ਬਣਾਵਾਂਗੇ।